ਅੱਜ ਸਿਟੀ ਪੁਲਿਸ ਅਤੇ PCR ਪੁਲਿਸ ਨੇ ਲਗਭਗ 1 ਮਹੀਨੇ ਤੋਂ ਲਾਪਤਾ ਹੋਏ ਨੌਜਵਾਨ ਨੂੰ ਲੱਭ ਕੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਸੰਬੰਧੀ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਅਤੇ PCR ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਕਬੀਰ ਪੁੱਤਰ ਭੋਲਾ ਨਿਵਾਸੀ ਬਿਹਾਰ ਸਾਨੂੰ ਬਾਜ਼ਾਰ ਤੋਂ ਮਿਲਿਆ ਸੀ। ਅਸੀਂ ਇਸ ਤੋਂ ਕਈ ਵਾਰ ਪਤਾ ਪੁੱਛਣਾ ਚਾਹਿਆ ਤਾਂ ਇਹ ਸਾਨੂੰ ਦੱਸ ਨਹੀਂ ਸਕਿਆ। ਬਾਅਦ ਵਿੱਚ ਇਸਨੇ ਆਪਣੀ ਭੈਣ ਦਾ ਨੰਬਰ ਦਿੱਤਾ ਜੋ ਕਿ ਬਿਹਾਰ ਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੀ ਭੈਣ ਨੂੰ ਫੋਨ ਕੀਤਾ ਅਤੇ ਉਸਨੇ ਦੱਸਿਆ ਕਿ ਮੇਰਾ ਭਰਾ ਹੈ 19 ਅਗਸਤ ਨੂੰ ਲਾਪਤਾ ਹੋ ਗਿਆ ਸੀ, ਜਿਸ ਦੀ ਦਿੱਲੀ ਪੁਲਿਸ ਨੂੰ ਗੁੰਮਸ਼ੁਦਾ ਹੋਣ ਦੀ ਵੀ ਰਿਪੋਰਟ ਲਿਖਾਈ ਗਈ ਸੀ। ਪੁਲਿਸ ਨੇ ਦੱਸਿਆ ਕਿ ਅੱਜ ਕਬੀਰ ਦਾ ਚਾਚਾ ਜਮੈਲ ਆਪਣੇ ਮਿੱਤਰਾਂ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਪੁਲਿਸ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤਾ। ਹੁਣ ਉਹ ਬਹੁਤ ਖੁਸ਼ ਹਨ। ਸਾਊਦੀ ਅਰਬ ਸੇ ਆਏ ਦਿੱਲੀ, ਦਿੱਲੀ ਸੇ ਰੂਮ ਪੇ ਗਏ ਔਰ ਰੂਮ ਸੇ ਵਹਾਂ ਸੇ ਲਾਪਤਾ ਹੋਏ ਔਰ ਹਮ ਲੋਗ ਪੁਲਿਸ ਮੇਂ ਕੰਪਲੇਨ ਵੀ ਕੀਆ ਥਾ ਦਿੱਲੀ ਮੇਂ ਤੋ ਹਮ ਲੋਗ ਦਿੱਲੀ ਮੇਂ ਖੋਜੇ ਵੀ ਨਹੀਂ ਮਿਲੇ ਔਰ ਕੁਛ ਦਿਨ 20-25 ਰੋਜ਼ ਕੇ ਬਾਅਦ ਯਹਾਂ ਸੇ ਕਾਲ ਆਇਆ ਕਿ ਯਹਾਂ ਪੇ ਆਪਕਾ ਆਦਮੀ ਹੈ ਜੀ। ਉਨਕਾ ਨਾਮ ਕਹਾਂ ਸੇ ਪਤਾ ਆਇਆ? ਯਹ ਥਾਣੇ ਸੇ, ਪੰਜਾਬ। ਯਹਾਂ ਪੇ ਆਏ ਦੋ ਆਦਮੀ ਸੇ, ਆਏ 3 ਆਦਮੀ ਸੇ ਔਰ ਇਨਕੋ ਲੈਨੇ ਕੇ ਲਿਏ ਆਏ ਯਹਾਂ ਪੇ। जी सर, ये पहले विदेश गए थे, विदेश के बाद में वहाँ से ये आए दिल्ली, दिल्ली ने एयरपोर्ट पर रिसीव इनको एक भतीजे ने किए थे, उनके बाद में वो रूम पे जाने के बाद 2-3 घंटे के बाद में इसने 3-4 बजे सवेरे के लपाते हो गए। उसके बाद में ये 2-4 दिन तक ऐसे ढूंढे नहीं मिले, तो फिर पुलिस FIR दर्ज करवाए थाना मैंने दिल्ली में, तो 26 तारीख को, तो उनके बाद में पता नहीं चल रहा। तो फिर ऐसे ही करते 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 तो मालूम चले 12 तारीख को सर यहाँ से खबर मिली पंजाब पुलिस से। उसके बाद में हम लोग को वहाँ से मालूम चला कि ऐसे ऐसे बात है कि वहाँ आपके बंदे यहाँ हैं, आप आके यहाँ इसे रिसीव कर लो। तो हम लोग सर घर से आदमी बुलाए, उसके बाद में यहाँ आए, यहाँ से उसके बाद में हमारे सामने सर जी ने पेश कर दिए बंदे को और सारा चीज़ें इन लोग अंकल जी ने बड़े मेहनत से हमारे आदमी को मिला दिए। ये बहुत शुक्रिया है अंकल जी के। गुरदारपुर पुलिस चौकी के पास में सर जी हैं, हमें बंदे बहुत अच्छे से ढूंढ उड़ के हमारे हवाले कर दिए। उनके सर जी की बहुत बहुत मेहरबानी है कि हमारे सर बंदे हमारे को मिल गए। एक लड़का सर्च अभियान के दौरान मिलया जिसने अपना नाम कबीर राइन पुत्र भोला राइन वासी चंद्रवाड़ा थाना ढाका बिहार दसिया। ਇਸ ਦੀ ਦਿਮਾਗੀ ਹਾਲਤ ਜਿਹੜੀ ਉਹ ਠੀਕ ਨਹੀਂ ਸੀ। ਇਹ ਸਾਊਦੀ ਅਰਬ ਤੋਂ ਪਤਾ ਲੱਗਿਆ ਕਿ ਸਾਊਦੀ ਅਰਬ ਤੋਂ ਆਇਆ ਸੀਗਾ ਦਿੱਲੀ, ਇਸ ਦੇ ਰਿਸ਼ਤੇਦਾਰ ਨੇ ਇਹਨੂੰ ਰਿਸੀਵ ਕੀਤਾ। ਰਿਸੀਵ ਕਰਨ 'ਤੇ ਉਸ ਦੇ ਘਰੋਂ ਜਿਹੜਾ ਵਾ ਇਹ ਮਿਸਪਲੇਸ ਹੋ ਗਿਆ। ਇਸ ਦੀ ਥਾਣਾ ਦਿੱਲੀ ਦੇ ਵਿੱਚ ਰਿਪਟ ਵੀ ਇਹਨਾਂ ਦਰਜ ਕਰਵਾਈ, ਕਾਫੀ ਇਹਦੀ ਭਾਲ ਕੀਤੀ ਪਰ ਇਹਨਾਂ ਨੂੰ ਨਹੀਂ ਮਿਲਿਆ। ਸਾਨੂੰ ਸਰਚ ਅਭਿਆਨ ਦੇ ਦੌਰਾਨ ਮਿਲਣ 'ਤੇ ਅਸੀਂ ਕਾਫੀ ਇਹਦਾ ਪਤਾਜੋਈ ਕੀਤੀ। ਜਦੋਂ ਸਾਨੂੰ ਸਹੀ ਪਤਾ ਲੱਗਿਆ ਅਸੀਂ ਇਹਦੇ ਘਰ ਜਿਹੜਾ ਵਾ ਇਹਦੀ ਭੈਣ ਨੂੰ ਫੋਨ ਕੀਤਾ। ਜਦੋਂ ਇਹਦੀ ਭੈਣ ਨੂੰ ਫੋਨ ਕੀਤਾ ਤਾਂ ਇਹਦੀ ਭੈਣ ਨੇ ਦੱਸਿਆ ਕਿ ਅਸੀਂ ਕਾਫੀ ਚਿਰ ਤੋਂ ਇਹਨੂੰ ਲੱਭ ਰਹੇ ਹਾਂ। ਫਿਰ ਇਸ ਨੇ ਉਸ ਦੀ ਭੈਣ ਨੇ ਜਿਹੜਾ ਵਾ ਉਹ ਆਪਣੇ ਮਾਂ ਪਿਓ ਨੂੰ ਦੱਸਿਆ, ਆਪਣੇ ਭਰਾ ਨੂੰ ਦੱਸਿਆ, ਜਿਸ 'ਤੇ ਇਹਦੇ ਭਰਾ ਨੇ ਵੀ ਫੋਨ ਕੀਤਾ ਅਤੇ ਇਹਦੇ ਭਤੀਜੇ। ਹੁਣ ਇਸ ਵੇਲੇ 3 ਭਤੀਜੇ ਇਹਨਾਂ ਦੇ ਜਿਹੜੇ ਆ ਵਾ ਉਹ ਇੱਥੇ ਆਏ ਆ ਜਿਹਨਾਂ ਦੇ ਅਸੀਂ ਹਵਾਲੇ ਕੀਤਾ ਵਾ ਤੇ ਇਹ ਬਹੁਤ ਖੁਸ਼ ਨੇ। ਬੁਲਾ ਨਿਊਜ਼ ਲਈ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਰਿਪੋਰਟ।